का गुरपाल नगर में प्राचीन शिव महिमा मंदिर में शिवलिंग स्थापित करने के लिए की जा रही खुदाई के दौरान 5 शिवलिंग, 2 नागों का जोड़ा, 1 शंख और कई पुराने सिक्के मिलने का मामला सामने आया है। बताया जा रहा है कि शिवलिंग बनाने के लिए खुदाई की जा रही थी कि खुदाई के करने वाले की नज़र सांप पर पड़ी, जो कि बेहोशी के हालत में थे। उनको बाहर निकालने पर फिर से खुदाई की गई तो उसमें से शिवलिंग, वासंग, माला और 1940 ईस्वी के सिक्के निकले, जिसको देखने के लिए वहां पर लोगों का तांता जमा हो गया। ਖੁਦਾਈ ਕੀਤੀ ਬਾਹਰ, ਪਹਿਲਾਂ ਪੁਰਾਣਾ ਸ਼ਿਵਲਿੰਗ ਲੱਗਿਆ ਹੁੰਦਾ ਸੀਗਾ। ਅਸੀਂ 3 ਦਿਨ ਪਹਿਲਾਂ ਉਹ ਸ਼ਿਵਲਿੰਗ ਨੂੰ ਪੂਜਾ ਪਾਠ ਕਰਕੇ ਵਿਧੀ ਵਿਧਾਨ ਦੁਆਰਾ ਜੰਗਮਾਂ ਦੁਆਰਾ ਸ਼ਿਵਲਿੰਗ ਉਠਾਤਾ ਜੀ। ਉਠਾ ਕੇ ਉਹ ਸ਼ਿਵਲਿੰਗ ਜਲ ਪ੍ਰਵਾਹ ਕਰਤਾ। ਉਸ ਜਗ੍ਹਾ ਅਸੀਂ ਆਹ ਸ਼ਿਵਲਿੰਗ ਸਥਾਪਿਤ ਕਰਨਾ, ਜਿਹੜਾ ਅੰਦਰ ਕਰੂ ਦੇਖਿਓ, ਇਹ ਅਸੀਂ ਜੈਪੁਰ ਤੋਂ ਮੰਗਵਾਏ ਸਥਾਪਿਤ ਕਰਨ ਵਾਸਤੇ। ਉੱਥੇ ਸ਼ਿਵਲਿੰਗ ਸਥਾਪਿਤ ਕਰਾਂਗੇ। ਜਦ ਅਸੀਂ ਦੇਖਿਓ ਜਗ੍ਹਾ ਬਹੁਤ ਪੋਲੀ ਸੀ, ਉਹ ਥੱਲੇ ਪੈਰ ਮਾਰਦੇ ਖੜਦੀ ਸੀ, ਜਿਹੜਾ ਪੋਲੀ ਹੋਣੀ ਜਿਹੜਾ ਪੱਟ ਲਈਏ, ਵੀ ਥੱਲੇ ਪੱਟ ਕੇ ਸਰੀਏ ਸੁਰੇ ਪਾ ਕੇ ਲੈਂਟਰ ਪਾ ਕੇ ਉੱਪਰ ਚੜ੍ਹਾਈ ਕਰਾਂਗੇ, ਤਾਂ ਜੋ ਦੁਬਾਰਾ ਸ਼ਿਵਲਿੰਗ ਦੂਜਾ ਬਿਠਾਈਏ ਉਹ ਥੱਲੇ ਨਾ ਹੋਵੇ। ਜਿੱਦਾਂ ਅਸੀਂ ਪਟਾਈ ਸ਼ੁਰੂ ਕੀਤੀ ਅਤੇ ਥੱਲੇ ਪੋਲਾ ਸੀ, ਹੋਰ ਪੜਦੇ ਗਏ, ਜਿਹਨਾਂ ਮਿਸਤਰੀ ਨੇ ਸਰੀਆ ਮਾਰਿਆ ਅਤੇ ਸ਼ਿਵਲਿੰਗ ਦੇ ਉੱਪਰ ਨਾਗ ਬੈਠੇ ਸੀ ਦੋ, ਅਤੇ ਉਹ ਜਿੱਦਾਂ ਹੀ ਸਰੀਆ ਵੱਜਿਆ ਅਤੇ ਉਹ ਜਿਹੜੇ ਨਾਗ ਨੇ ਜੋ ਜੋੜਾ ਸੀ ਨਾਗਾਂ ਦਾ, ਅਤੇ ਉਹ ਜ਼ਖਮੀ ਹੋ ਗਿਆ। ਜਦ ਜ਼ਖਮੀ ਹੋ ਗਿਆ ਤਾਂ ਅਸੀਂ ਉਹ ਜਾ ਕੇ ਡੱਬੇ 'ਚ ਪਾ ਕੇ ਰੱਖ ਲਿਆ ਜੀ, ਰਾਤੀ ਵੀ ਅਸੀਂ ਉਹਨਾਂ ਨੂੰ ਛੱਡਿਆ ਜੰਗਲਾਂ ਦੇ ਵਿੱਚ। ਉਸ ਤੋਂ ਬਾਅਦ ਜੀ ਥੋੜ੍ਹਾ ਥੱਲੇ ਗਏ ਅਤੇ ਆਹ ਸ਼ੰਖ ਨਿਕਲਿਆ ਜੀ ਥੱਲਿਓ, ਜਿਹੜਾ ਦੁਆਪਰ ਯੁੱਗ ਦੱਸਿਆ ਜਾਂਦਾ ਜੀ, ਅੱਜ ਤੋਂ 400 ਸਾਲ ਪੁਰਾਣਾ ਜੀ, ਪੰਚਮੁਖੀ ਆ ਜੀ ਇਹ। ਅਤੇ ਇਹਦੇ ਵਿੱਚ ਜੀ ਮਿੱਟੀ ਭਰੀ ਹੋਈ ਸੀ ਅਤੇ ਅਸੀਂ ਉਦੋਂ ਮਿੱਟੀ ਕੱਢੀ ਧੋਤਾ ਇਹਨੂੰ, ਅਤੇ ਇਹਦੇ ਵਿੱਚੋਂ ਇੱਕ ਸਿੱਕਾ ਨਿਕਲਿਆ ਜੀ, ਈਸਟ ਇੰਡੀਆ ਕੰਪਨੀ ਦਾ 1616 ਸਨ ਦਾ, ਜੋ ਬਹੁਤ ਹੀ ਅਦਭੁਤ ਅਤੇ ਅਨਮੋਲ ਹੈ ਜੀ। ਸਤਿ ਸ਼੍ਰੀ ਅਕਾਲ ਅਤੇ ਅਦਾਬ, ਪੰਜਾਬ ਹੈਡਲਾਈਨ ਦੇ ਵਿੱਚ ਸਵਾਗਤ ਹੈ। ਸੋ ਦੋਸਤੋ, ਪ੍ਰਾਚੀਨ ਮੰਦਰ ਹੈ ਇੱਕ, ਜਿਹਦੇ ਵਿੱਚ ਕੱਲ੍ਹ ਸ਼ਿਵਲਿੰਗ ਨਿਕਲੇ ਨੇ। ਲਗਭਗ ਇਹ 5 ਸ਼ਿਵਲਿੰਗ ਜਿਹੜੇ ਆ ਇਸ ਮੰਦਰ 'ਚੋਂ ਨਿਕਲੇ ਨੇ, ਨਾਲ ਦੀ ਨਾਲ ਸੰਖ ਨਿਕਲਿਆ ਹੈ ਅਤੇ ਕੁਝ ਕੁਆਈਂ ਵੀ ਨਿਕਲੇ ਨੇ। ਆਓ ਗੱਲਬਾਤ ਕਰਦੇ ਹਾਂ ਅਤੇ ਜਾਣਦੇ ਹਾਂ, ਨਾਲ ਦੀ ਨਾਲ ਤੁਹਾਨੂੰ ਦਰਸ਼ਨ ਵੀ ਕਰਾਵਾਂਗੇ ਉਹਨਾਂ ਸ਼ਿਵਲਿੰਗਾਂ ਦੇ, ਅਤੇ ਜਾਣਾਂਗੇ ਕਿ ਇਹ ਕਿਸ ਸਮੇਂ ਕਿਹੜਾ ਸਮਾਂ ਸੀ ਜਦੋਂ ਇਹ ਸ਼ਿਵਲਿੰਗ ਨਿਕਲੇ। ਅਸੀਂ ਮੰਦਰ ਦੇ ਵਿੱਚ ਪਹੁੰਚ ਚੁੱਕੇ ਹਾਂ, ਸੋ ਆਪਾਂ ਗੱਲਬਾਤ ਕਰਦੇ ਹਾਂ। ਹਾਂਜੀ ਸਰ, ਕੀ ਨਾਮ ਹੈ ਜੀ? ਹਰਵਿੰਦਰ ਸਿੰਘ ਜੀ। ਸਰ, ਕੀ ਕਹਿਣਾ ਚਾਹੋਗੇ, ਕਿਸ ਸਮੇਂ ਜਿਹੜੇ ਆ ਸ਼ਿਵਲਿੰਗ ਜਿਹੜੇ ਆ ਨਿਕਲੇ ਆ? ਸਰ, ਸਰ ਅਸੀਂ ਨਾ 4 ਕੁ ਦਿਨ ਪਹਿਲਾਂ ਸਾਡੇ ਬਾਹਰ ਪੁਰਾਣਾ ਸ਼ਿਵਾਲਿਆ ਸੀ ਇੱਕ, ਉਹ ਸ਼ਿਵਾਲਿਆ ਖੰਡਿਤ ਹੋ ਚੁੱਕਾ ਸੀਗਾ। ਅਸੀਂ ਜੰਗਮ ਬੁਲਾ ਕੇ, ਪੰਡਿਤ ਬੁਲਾ ਕੇ ਪੂਜਾ ਪਾਠ ਦੁਆਰਾ ਉਹ ਸ਼ਿਵਲਿੰਗ ਉਠਾਤਾ, ਅਤੇ ਉਹ ਫਿਰ ਅਸੀਂ ਉਹ ਸ਼ਿਵਲਿੰਗ ਜਲ ਪ੍ਰਵਾਹ ਕਰਤਾ ਜੀ। ਜਿਸ ਦਿਨ ਉਹ ਸ਼ਿਵਲਿੰਗ ਅਸੀਂ ਇੱਥੋਂ ਉਠਾਇਆ ਅਤੇ ਉਸ ਦਿਨ ਥੱਲਿਓਂ ਨਾਗ ਅਤੇ ਨਾਗਨ ਦਾ ਜੋੜਾ ਨਿਕਲਿਆ ਜੀ, ਜੋ ਆ ਕੇ ਇੱਕ ਬਾਹਰ ਸ਼ੈੱਡ 'ਤੇ ਬੈਠ ਗਿਆ ਅਤੇ ਇੱਕ ਪਿੱਛੇ ਮੰਦਰ 'ਚ ਬਹਿ ਗਿਆ, ਜਿਸਦੀ ਵੀਡੀਓ ਸਾਡੇ ਕੋਲ ਹੈ ਜੀ, ਲਾਈਵ ਵੀ ਪਾਈ ਸੀ ਜੀ। ਅਤੇ ਉਹ ਅਸੀਂ ਨਾਗ ਜੀ ਸਪੇਰੇ ਨੂੰ ਬੁਲਾ ਕੇ ਫੜਾ ਦਿੱਤੇ, ਅਤੇ ਸਪੇਰੇ ਕੋਲ ਅਸੀਂ ਵਾਪਸ ਲੈ ਲਏ ਵੀ ਅਸੀਂ ਆਪ ਛੱਡਾਂਗੇ ਤੈਨੂੰ ਨਹੀਂ ਦੇਣੇ, ਅਤੇ ਸਪੇਰੇ ਕੋਲ ਅਸੀਂ ਵਾਪਸ ਲੈ ਲਏ ਵੀ ਅਸੀਂ ਆਪ ਛੱਡਾਂਗੇ ਤੈਨੂੰ ਨਹੀਂ ਦੇਣੇ। ਅਤੇ ਉਹ ਸਾਨੂੰ ਦਿੰਦਾ ਨਹੀਂ ਸੀ, ਚਲੋ ਰਿਕੁਐਸਟ ਕੀਤੀ ਉਹਨੇ ਸਾਨੂੰ ਦੇ ਦਿੱਤੇ, ਅਸੀਂ ਆਪ ਜਾ ਕੇ ਦੁਰਾਹੇ ਦੇ ਜੰਗਲਾਂ 'ਚ ਛੱਡ ਕੇ ਆਏ ਹਾਂ ਵੀ ਤਾਂ ਜੋ ਸੇਫ ਰਹਿਣ, ਕੋਈ ਇਹਨਾਂ ਨੂੰ ਨੁਕਸਾਨ ਨਾ ਪਹੁੰਚੇ। ਉਸ ਤੋਂ ਬਾਅਦ ਅਸੀਂ ਵੀ ਨਾ ਸ਼ਿਵਾਲੇ ਮੰਗਾਇਆ ਸੀ ਜੀ, ਜੈਪੁਰ ਤੋਂ ਵੀ ਇਹ ਸਥਾਪਿਤ ਕਰਨਾ ਸੀ ਜਿਹੜਾ ਵੱਡਾ ਸ਼ਿਵਲਿੰਗ ਆ।
तस्वीर है जो तुम देख सकते हो ये नवा शिवालय से जोड़ा मंगाया सी जोड़ा कि खुदाई के दौरान जो देखा गया उ जोड़े है उस समय ये शिवालय के रूप के जोड़े आ ये पांच शिव कुल पांच जी सर हाँ पांच शिवलिंग निकले आ नाल दी नाल शंख निकलिया या कुछ सिक्के भी निकले आ अगर गल की जाए इत्थे एक रुद्राक्ष की माला भी पई है शंख पिया आ और शिवलिंग पे आ और हर शिवलिंग जोड़ा आ एक डिफरेंट आकार दा आ अगर गल की जाए तो दावा किया जा रहा है कि इन्हां शिवलिंग के उत्ते ओम की तस्वीर है इस तो अलावा तरशूल है। हाँ जी सर अगर गल की जाए इन्हां शिवलिंगा की तो किस तरह आ साढ़े दर्शकों अगर तुम दिखा सकते हो जी जी जिहड़ा एक ये शिवलिंग है जी ये देखो जी इत्ते ओम बनया होया ते आ भगवान के नेत्र बने हुए ने ठीक है जी ते जिहड़ा आ उपर देखो जी आ इधर आ बनया होया लाइट पिछे कर ओम जी लाइट आ इस तरह भी पूरी अकीर्ति किसी ने पैनना बनाई होंदी है जी सब तो इंटरेस्टिंग गल है जी शरदा की आस्था की गल ओम बनया होया जी कुदरती तौर ते पिछे देखो जी त्रिशूल बनया होया अपने आप जो संगता लई खिच दा केंद्र बनया हुआ बहुत संगता दी भावना ही बड़ी दूर दूर संगत दर्शन करन वास्ते आ रही है जी की। सो अगर सर अगर किसी इतिहासकार जां किसी नूं तुसीं खोजकर्ता नूं बुलाया आया ते की कहना है उन्हां दा किन्ने साल पुराना है सर कुछ इत्थे ना पुराने बजुर्ग आए सी जी जिहड़े भी 70-80 साल दे करीब सी साडे एरिया दे ने उन्हां नूं आके देखिया ते उन्हां दस्सिया जिहड़ी शिवलिंग दी जिहड़ी माला रुद्राक्ष दी इह बड़ी अनमोल आ असली रुद्राक्ष आ जो अजकल नहीं मिलते जी हाँ दस्सिया जा रहा है कि यह असली रुद्राक्ष है अगर यदि गल की जाए तो यदि कीमत काफ़ी अगर इंटरनेशनल मार्केट से भी गल की जाए काफ़ी कीमती है चीज़ा आ सो इस मंदिर के निकलिया ने काफ़ी श्रद्धा का जोड़ा हैगा आ श्रद्धा देखी जा सकती है लोगों की लोगों भी गल करते हैं की नाम है जी तो मेरा नाम जी हैप्पी ठाकुर है सर कितों पता लगा तो मैं ये कल पता लगा सी जी तो मैं न्यूज़ से बड़े ने ईमेल वगैरह फेसबुक से भी पाए थे यूट्यूब से भी चैनल आते कई काफ़ी मेरे यार दो बाहर बैठे उन्होंने ही फोन मैंने आया कि सरकार नु की मांग करना चाहते हो कि की होना चाहिए इतने मैं ही मांग करना चाहते इस मंदिर का नाम बनना चाहिए आल वर्ल्ड के विस्तार किया जाए व्डा किया मंदिर सारे बने इस भगतान दर्शन करन तो यदि भी स्थापना वधिया तरीके नाल की जाए धन्यवाद जी जी हाँ सो दोस्तों तुसी देखिया कि किस तरह प्राचीन मंदिर दे विचों जेड़े आ शिवलिंग निकले इस तो बाद जेड़ा आ भक्तों का तांता लग गया आ काफ़ी लोग दूरों दूरों चल के आ रहे हैं शिवलिंग की पूजा कर रहे हैं लगभग पांच की गिनती दे विच शिवलिंग निकले ने नाल दी नाल गल की जाए कुछ पुराने सिक्के ते रुद्राक्ष की एक माला मिली है इहदे नाल दी नाल ही एक संख भी मिलिया आ पंज मुखी संख होने का दावा किया जा रहा है कह रहे हैं कि द्वापर युग का यह संख है सो दोस्तों बहुत ही जी ये मंदिर जोड़ा है बहुत पुराना दसया जा रहा है सो दोस्तों देखते रहो पंजाब हेडलाइन मैं थोड़ा होस्ट दोस्त आ